ਫਿਰੋਜ਼ਪੁਰ ਦੇ ਵਿੱਚ ਮੁੜ ਤੋਂ ਇੱਕ ਵੱਡੀ ਵਾਰਦਾਤ ਹੋਈ ਹੈ। ਦੱਸਦੀ ਹੈ ਕਿ ਇੱਕ ਆੜਤੀਏ ਦੇ ਗੋਲੀਆਂ ਮਾਰੀਆਂ ਗਈਆਂ ਨੇ। ਫਿਰੋਜ਼ਪੁਰ ਸ਼ਹਿਰ ਦੇ ਵਿੱਚ ਤੀਜੇ ਦਿਨ ਫਿਰ ਫਾਇਰਿੰਗ ਹੋਈ। ਇੱਕ ਆੜਤੀਏ ਨੂੰ ਨਿਸ਼ਾਨਾ ਬਣਾਇਆ ਗਿਆ। ਖੂਨੋ ਖੂਨ ਹੋਏ ਆੜਤੀਏ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਫਿਰੋਜ਼ਪੁਰ ਦੇ ਵਿੱਚ ਮੁੜ ਤੋਂ ਵੱਡੀ ਵਾਰਦਾਤ ਹੋਈ ਹੈ। ਤਾੜ ਤਾੜ ਗੋਲੀਆਂ ਚੱਲੀਆਂ ਨੇ। ਬਾਈਕ ਤੇ ਸਵਾਰ ਹੋ ਕੇ ਬਦਮਾਸ਼ ਆਏ, ਜਿਨ੍ਹਾਂ ਨੇ ਗੁਰਮੀਤ ਸਿੰਘ ਉਰਫ ਕਾਲਾ ਆੜਤੀਏ ਨੂੰ ਗੋਲੀਆਂ ਮਾਰ ਦਿੱਤੀਆਂ। ਫਿਲਹਾਲ ਲਹੂ ਲੁਹਾਨ ਹੋਏ ਆੜਤੀਏ ਨੂੰ ਇੱਕ ਨਿੱਜੀ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਬਾਰੇਕੇ ਦੇ ਵਿੱਚ ਇਹ ਵਾਰਦਾਤ ਹੋਈ ਹੈ। ਹਮਲਾਵਰ ਇੱਕ ਬਾਈਕ ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਨੇ ਤਾਰ ਤਾਰ ਗੋਲੀਆਂ ਚਲਾਈਆਂ ਨੇ। ਹੱਥਾਂ ਦੇ ਵਿੱਚ ਹਥਿਆਰ ਫੜੇ ਹੋਏ ਸੀ ਔਰ ਮੌਕੇ ਤੋਂ ਫਰਾਰ ਹੋਏ ਨੇ। ਦੱਸਦੀ ਹੈ ਕਿ ਫਿਰੋਜ਼ਪੁਰ ਦੇ ਵਿੱਚ 3 ਦਿਨ ਪਹਿਲਾਂ 3 ਭੈਣ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਹਾਲੇ ਉਸ ਮਾਮਲੇ ਨੂੰ ਸੁਲਝਾਇਆ ਨਹੀਂ ਗਿਆ ਕਿ 3 ਦਿਨਾਂ ਬਾਅਦ ਫਿਰ ਤੋਂ ਫਿਰੋਜ਼ਪੁਰ ਦੇ ਵਿੱਚ ਵੱਡੀ ਵਾਰਦਾਤ ਹੋਈ ਹੈ। ਫਾਇਰਿੰਗ ਹੋਈ ਹੈ, ਇੱਕ ਆੜਤੀਏ ਤੇ ਗੋਲੀਆਂ ਚਲਾਈਆਂ ਗਈਆਂ ਨੇ। ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਇੱਕ ਨਿੱਜੀ ਹਸਪੀਟਲ ਦੇ ਵਿੱਚ ਆੜਤੀਏ ਨੂੰ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। 3 ਦਿਨ ਪਹਿਲਾਂ ਇੱਥੇ ਵੱਡੀ ਵਾਰਦਾਤ ਹੋਈ ਸੀ। ਕਾਰ ਸਵਾਰ ਭੈਣ ਭਰਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਫਿਲਮੀ ਅੰਦਾਜ਼ ਦੇ ਵਿੱਚ ਕਾਰ ਘੇਰ ਕੇ ਤਾਬੜ ਤੋੜ ਗੋਲੀਆਂ ਚਲਾਈਆਂ ਗਈਆਂ ਸੀ। 3 ਭੈਣ ਭਰਾਵਾਂ ਦੀ ਮੌਤ ਹੋਈ ਸੀ। ਤਾਂ ਹੁਣ ਫਿਰ ਤੋਂ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਬਾਰੇਕੇ ਦੇ ਵਿੱਚ ਇਹ ਵਾਰਦਾਤ ਹੋਈ ਹੈ। ਬਾਈਕ ਸਵਾਰਾਂ ਦੇ ਵੱਲੋਂ ਇੱਕ ਆੜਤੀਏ ਨੂੰ ਨਿਸ਼ਾਨਾ ਬਣਾਇਆ ਗਿਆ, ਉਸਤੇ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਤਸਵੀਰਾਂ ਹਸਪੀਟਲ ਦੀਆਂ ਨੇ, ਜਿੱਥੇ ਇੱਕ ਆੜਤੀਏ ਨੂੰ, ਜਿਸਦਾ ਨਾਮ ਗੁਰਮੀਤ ਸਿੰਘ ਉਰਫ ਕਾਲਾ ਹੈ, ਉਸ ਨੂੰ ਦਾਖਲ ਕਰਵਾਇਆ ਗਿਆ। ਫਿਲਹਾਲ ਉਸਦਾ ਇਲਾਜ ਕੀਤਾ ਜਾ ਰਿਹਾ। ਮਗਰ ਹੀ ਆਏ ਤਾਂ ਹੀ ਆਈ, ਇਹ ਤਾਂ ਘਰ ਦੇ ਗੇਟ ਅੱਗੇ ਮੋਟਰਸਾਈਕਲ ਲਾਉਂਦੇ ਹੀ ਪਏ ਸੀ। ਬਸ ਉਹਦੇ ਗੋਲੀ ਚੱਲ ਇੱਕ ਵਾਰ ਕੀਤਾ ਗੁਰਮੀਤ ਸਿੰਘ।